ਸਵੇਰੇ ਉੱਠਣਸਾਰ ਹੀ ਕੈਪਟਨ ਮਨਿੰਦਰ ਸਿੰਘ ਨੇ ਕਟੜ ਵਿਰੁੱਧ ਦੀ ਬਾਦਲਾਂ ਦੇ ਹੱਕ ਤੇ ਆਵਾਜ਼ ਮਾਰ ਦਿੱਤਾ। ਇਹਨਾਂ ਇੱਕ ਸਬੂਤ ਦੇ ਤੌਰ ਤੇ ਕੈਪਟਨ ਮਨਿੰਦਰ ਨੇ ਮੋਹ ਲਾ ਦਿੱਤੀ ਹੈ ਕਿ ਬਾਦਲ ਸੱਚ ਬੋਲ ਰਹੇ ਨੇ। ਕਿ ਹਾਲਾਂਕਿ ਕੈਪਟਨ ਨੇ ਨਾਲ ਇਹ ਵੀ ਕਿਹਾ ਕਿ ਜਿਹੜੀ ਗੋੜੀकांड ਹੋਈ ਸੀ ਉਹਨਾਂ ਦੇ ਵਿੱਚ ਬਾਦਲਾਂ ਦੀ ਸ਼ਮੂਲੀਅਤ ਜ਼ਰੂਰ ਹੈ ਕਿਉਂਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੀ ਤੇ ਉਪ ਮੁੱਖ ਮੰਤਰੀ ਜਿਹੜੇ ਨਾਲ ਗ੍ਰਹਿ ਮੰਤਰੀ ਜਿਹੜੇ ਸੀ ਸੁਖਵੀਰ ਸਿੰਘ ਬਾਦਲ ਸੀ ਤੇ ਉਹਨਾਂ ਦੇ ਕਹੇ ਤੋਂ ਬਿਨਾਂ ਗੋੜੀ ਨਹੀਂ ਸੀ ਚੱਲ ਸਕੀ। ਮంత్రి ਜਾਂ ਉਪ ਮੁੱਖ ਮੰਤਰੀ ਗ੍ਰਹਿ ਮੰਤਰੀ ਦੇ ਆਦੇਸ਼ ਤੋਂ ਬਿਨਾ ਕੋਈ ਪੁਲਿਸ ਵਾਲਾ ਆ ਜਾ ਕੋਈ ਪੁਲਿਸ ਅਧਿਕਾਰੀ ਆ ਅਫੀਸਰ ਕਿਵੇਂ ਕਹਿ ਲੋ ਵੀ ਇਸ ਤਰ੍ਹਾਂ ਦਾ ਇੰਨੇ ਵੱਡੇ ਇੰਨੀ ਵੱਡੀ ਘਟਨਾ ਨੂੰ ਅੰਜਾਮ ਦੇ ਸਕਦਾ ਹੈ ਹਾਲਾਂਕਿ ਗੱਲ ਇਹ ਵੀ ਸਾਹਮਣੇ ਆਈਆਂ ਸੀ ਕਿ ਉਸ ਸਮੇਂ ਦੀ ਸਰਕਾਰ ਦਾ ਇੱਕ ਐਮਐਲਏ ਜਿਹੜਾ ਸੀਗਾ ਉਹ ਗੋਲੀ ਦਾ ਆਰਡਰ ਲੈਂਡ ਦੇ ਲਈ ਵਾਰ-ਵਾਰ ਉਸ ਦੇ ਮੌਕੇ ਦੇ ਐਸਡੀਐਮ ਦੇ ਕੋਲ ਜਾ ਰਿਹਾ ਸੀ ਸੱਤਾ ਜੋ ਗਾਇਬ ਦਿਖ ਰਹੇ ਨਮਜੂਪ ਸਿੰਘ ਸਿੱਧੂ ਜਿੰਮੀ ਤੋਂ ਉਹਨਾਂ ਦੇ ਵਿੱਚ ਤੁਹਾਨੂੰ ਲੱਗਦਾ ਕਿ ਕਾਂਗਰਸ ਪਾਰਟੀ ਦੇ ਲਈ ਪ੍ਰਚਾਰ ਕਰ ਰਹੇ ਨੇ ਕੈਪਟਨ ਦੇ ਕਹੇ ਤੋਂ ਤਾਂ ਬਿਲਕੁਲ ਮੇਰੇ ਖਲ ਪੰਜਾਬ ਦੀਆਂ ਚੇੜਾ ਦਿੱਲੀ ਪੋਣਾ ਵੀ ਤੇ ਪ੍ਰਚਾਰ ਕਰਨੇ ਨਹੀਂ ਉਤਰਨੇ ਇਸ ਜੀ ਗੱਲ ਸੱਚੀ ਹੈ ਪ੍ਰੋਗਰਾਮ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਵਿੰਦਰ ਸਿੰਘ ਅੱਜ ਸਵੇਰੀ ਸਵੇਰੀ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਨਿਜੀ ਅਖਬਾਰ ਦੇ ਵਿੱਚ ਬਿਆਨ ਛਪਿਆ ਜਿਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾਂ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਜਿਹੜੇ ਬੇਅਦਬੀ ਮਾਮਲੇ ਹੋਏ ਸੀ ਪੰਜਾਬ ਦੇ ਵਿੱਚ ਉਹਨਾਂ ਦੇ ਵਿੱਚ ਬਾਦਲਾਂ ਦੀ ਸ਼ਮੂਲੀਅਤ ਨਹੀਂ ਹੈ ਜੀ ਹਾਂ ਇਹ ਰਾਜਨੀਤਿਕ ਤੌਰ ਤੇ ਇੱਕ ਵੱਡਾ ਬਿਆਨ ਮੰਨਿਆ ਜਾ ਰਿਹਾ ਜਿਸ ਤੋਂ ਬਾਅਦ ਇਹ ਸਿਆਸੀ ਪ੍ਰਤੀਕਰਮ ਵੀ ਇਸ ਤੇ ਆਉਣੇ ਸ਼ੁਰੂ ਹੋ ਗਏ ਨੇ ਤੇ ਇਸ ਮੁੱਦੇ 'ਤੇ ਸਾਡੇ ਨਾਲ ਵਿਚਾਰ ਚਰਚਾ ਕਰਨ ਦੇ ਲਈ ਮੌਜੂਦ ਨੇ ਸਟੂਡੀਓ ਦੇ ਵਿੱਚ ਪ੍ਰਮਿੰਦਰ ਸਿੰਘ ਹਰਾਈਪੁਰ ਸਾਹਿਬ ਜੋ ਕਿ ਸਾਡੇ ਸੀਨੀਅਰ ਪੱਤਰਕਾਰ ਨੇ ਪ੍ਰਮਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਸਟੂਡੀਓ ਤੇ ਧੰਨਵਾਦ ਜੀ ਪਹਿਲਾ ਸਵਾਲ ਮੇਰਾ ਇਹੀ ਪ੍ਰਮਿੰਦਰ ਜੀ ਕਿ ਸਵੇਰੇ ਉੱਠਣਸਾਰ ਹੀ ਕੈਪਟਨ ਰਮਿੰਦਰ ਸਿੰਘ ਨੇ ਕਟੜ ਵਿਰੋਧੀ ਬਾਦਲਾਂ ਦੇ ਹੱਕ 'ਚ ਬਿਆਨ ਵੀ ਦਿੱਤਾ ਕਿਵੇਂ ਦੇਖਦੇ ਹੋ ਦੇਖੋ ਕੁਝ ਗੱਲਾਂ ਤਾਂ ਜਿਹੜੀਆਂ ਹੈਗੀਆਂ ਨੇ ਬਿਆਨ ਸੰਬੰਧੀ ਉਹ ਤਾਂ ਵਿਚਾਰਨੀਆਂ ਜਿਹੜੀਆਂ ਬਾਅਦ ਦੀਆਂ ਗੱਲਾਂ ਨੇ ਪਰ ਜੇ ਬਿਆਦਵੀ ਕਾਂਡ ਦੀ ਗੱਲ ਕਰੀਏ ਤਾਂ ਜੀ ਅ ਸ਼ੁਰੂ ਤੋਂ ਹੀ ਸੁਖਵੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਨੂੰ ਦੀ ਉਹਨਾਂ ਦਾ ਪਰਿਵਾਰ ਪੂਰਾ ਪਰਿਵਾਰ ਹੀ ਜਿਹੜਾ ਇਹ ਕਹਿੰਦਾ ਆ ਰਿਹਾ ਕਿ ਉਹਨਾਂ ਦਾ ਬਿਆਦਵੀ ਮਾਮਲੇ 'ਚ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਯੋਗਦਾਨ ਨਹੀਂ ਰੋਲ ਨਹੀਂ ਹੈਗਾ ਜੀ ਤੇ ਉਹ ਅਕਸਰ ਸਟੇਜਾਂ ਤੇ ਵੀ ਹੁਣ ਬੋਲਣ ਲੱਗ ਗਏ ਸੀਗੇ ਜਿਹੜਾ ਬਿਆਦਵੀ ਮਾਮਲਿਆਂ ਦੇ ਵਿੱਚ ਇਨਵੋਲਵ ਹੈਗਾ ਉਹਦਾ ਰਹੇਗਾ ਅਖਣਾ ਤੇ ਇਦਾਂ ਦੀਆਂ ਮਤਲਬ ਉਹ ਗੱਲਾਂ ਕਰਦੇ ਅਕਸਰ ਦੇਖੇ ਗਏ ਆ ਹੁਣ ਬਾਦ ਵਿੱਚ ਤੇ ਉਸ ਤੋਂ ਬਾਅਦ ਜੇ ਆਪਾਂ ਦੇਖੀਏ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਬਿਆਨ ਆਇਆ ਉਹਦੇ ਉਹਦੇ ਨਾਲ ਜਿਹੜੀ ਇੱਕ ਗੱਲ ਇਹ ਤਾਂ ਹੈ ਕਿ ਜੋ ਬਾਦਲ ਕਹਿੰਦੇ ਸੀਗੇ ਉਹਨਾਂ ਦੀ ਗੱਲ ਇਹ ਕਹਿੰਦੇ ਇੱਕ ਸਬੂਤ ਦੇ ਤੌਰ ਤੇ ਕੈਪਟਨ ਮਨਿੰਦਰ ਨੇ ਮੋਹਰ ਲਾਤੀ ਹੈ ਕਿ ਬਾਦਲ ਸੱਚ ਬੋਲ ਰਹੇ ਨੇ ਜੀ ਦੂਜੀ ਗੱਲ ਜਿਹੜਾ ਹੈਗਾ ਆਮ ਲੋਕਾਂ ਦੀ ਜੇ ਗੱਲ ਕਰੀਏ ਤਾਂ ਆਮ ਲੋਕ ਜਿੱਥੇ ਪੂਰੀ ਤਰ੍ਹਾਂ ਇਨਵੋਲਵਮੈਂਟ ਮੰਨਦੇ ਸੀਗੇ ਬਾਦਲ ਪਰਿਵਾਰ ਦੀ ਕਿਉਂਕਿ ਬਾਦਲ ਸਰਕਾਰ ਦੇ ਸਮੇ ਇਹ ਕਾਂਡ ਵਾਪਰਿਆ ਸੀ ਹੂੰ ਜੀ ਤੇ ਬਾਦਲ ਸਰਕਾਰ ਵੇਲੇ ਕਾਂਡ ਵਾਪਰਿਆ ਸੀ ਤੇ ਸਰਸੇ ਵਾਲੇ ਜਿਹੜੇ ਹੈਗੇ ਨੇ ਡੇਰੇ ਸਰਸੇ ਦੇ ਕਾਰਨ ਜਾਂ ਉਹਨਾਂ ਦਾ ਜਿਹੜਾ ਮੁਖੀ ਸੀਗਾ ਉਹਦੀ ਸਮੂਲੀਅਤ ਮੰਨੀ ਜਾ ਰਹੀ ਸੀ ਕਿ ਕਿਸੇ ਨਾ ਕਿਸੇ ਤਰੀਕੇ ਉਹਨੇ ਆਸੇ-ਪਾਸਿਓਂ ਜਾਂ ਕਿਵੇਂ ਨਾ ਕਿਵੇਂ ਕਰਕੇ ਇਹ ਕਾਂਡ ਕਰਾਇਆ ਉਹਦੇ ਕਈ ਕਾਰਨ ਸੀਗੇ ਜਿਵੇਂ ਐਮਐਸਜੀ ਦਾ ਪੰਜਾਬ ਚ ਰਿਲੀਜ਼ ਨਾ ਹੋਣਾ ਜਾਂ ਉਹਨਾਂ ਦੇ ਡੇਰੇ ਪੰਜਾਬ ਵਿੱਚ ਬੰਦ ਹੋ ਜਾਣੇ ਸਤਸੰਗ ਬੰਦ ਹੋ ਜਾਣੇ ਠੀਕ ਹੈ ਅਕਾਲ ਤਖਤ ਤੋਂ ਜਿਹੜਾ ਹੁਕਮਨਾਮਾ ਜਾਰੀ ਹੋਣਾ ਉਹਨਾਂ ਦੇ ਖਿਲਾਫ ਉਸ ਤੋਂ ਬਾਅਦ ਮਾਫੀ ਕਾਂਡ ਜਿਹੜਾ ਵਾਪਰਿਆ ਸਾਰਾ ਉਹ ਉਹਦੇ ਵਿੱਚ ਅਕਾਲੀਆਂ ਦੀ ਕਾਫੀ ਜੀ ਦੀ ਇਹ ਕਹ ਲਓ ਸ਼ਮੂਲੀਤ ਬੰਨੀ ਜਾ ਰਹੀ ਸੀਗੀ ਔਰ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਗੱਲ ਕਰ ਚੁੱਕੀ ਸੀ ਕਿ ਬਾਦਲ ਪਰਵਾਰ ਜਿਹੜਾ ਹੈਗਾ ਉਸ ਟਾਈਮ ਸਰਕਾਰ ਚ ਮੌਜੂਦ ਸੀਗਾ ਉਹਨਾਂ ਦੀ ਸਰਕਾਰ ਸੀਗੀ ਜਿਉਂ ਚਾਹੁੰਦੇ ਤਾਂ ਕੁਝ ਵੀ ਹੋ ਸਕਦਾ ਸੀਗਾ ਵੈਸੇ ਇੱਕ ਗੱਲ ਜੇ ਦੇਖੀ ਜਾਵੇ ਕਿ ਜਿਸ ਤਰ੍ਹਾਂ ਮਹਾਰਾ ਦੇ ਸਰੂਪ ਚੋਰੀ ਹੋਏ ਉਸ ਟਾਈਮ ਆਪਾਂ ਬਰਗਾੜੀ ਕਾਂਡ ਦੀ ਗੱਲ ਕਰਦੇ ਆਂ ਤਾਂ ਪੁਲਿਸ ਦਾ ਜਿਹੜਾ ਰੋਲ ਹੈ ਉਹ ਕਾਫੀ ਐ ਕਹ ਲਓ ਵੀ ਸਵਾਲਾਂ ਦੇ ਘੇਰੇ ਚ ਰਿਹਾ ਹੈ ਕਿ ਇੱਕ ਛੋਟੇ ਜਿਹੇ ਚੋਰ ਨੂੰ ਵੀ ਪੁਲਿਸ ਫੜ ਲੈਂਦੀ ਹੈ ਜੇ ਕੋਈ ਕਿਸੇ ਤਰ੍ਹਾਂ ਦਾ ਕਿਸੇ ਮੋਹੱਲੇ ਜਾਂ ਕਿਸੇ ਗਲੀ ਚ ਜਾਂ ਇਲਾਕੇ ਚ ਚੋਰੀ ਹੁੰਦੀ ਐ ਮੋਟਰਸਾਈਕਲ ਸਾਈਕਲ ਤੱਕ ਦਾ ਜਿਹੜਾ ਚੋਰ ਹੁੰਦਾ ਉਹਨੂੰ ਵੀ ਫੜ ਲੈਂਦੇ ਐ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਦੇ ਸਰੂਪ ਚੋਰੀ ਹੋਏ ਉਹਦੇ باوجود ਵੀ ਪੁਲਿਸ ਉਹਨਾਂ ਤੱਕ ਪਹੁੰਚ ਨਹੀਂ ਪਾਈ ਜਿਨ੍ਹਾਂ ਨੂੰ ਜਿਨ੍ਹਾਂ ਨੇ ਇਹ ਕਾਂਡ ਕੀਤਾ ਇਹ ਵਾਂਗ ਕੇ ਪੋਸਟਰ ਵਗੈਰਾ ਵੀ ਲੱਗੇ ਉਹ ਗੱਲ ਜੇ ਆਪਾਂ ਬਿਆਨ ਦੀ ਕਰਦੇ ਆ ਇਹਦੇ ਵਿੱਚ ਸੁਖਵਿੰਦਰ ਸਾਰੀਆਂ ਗੱਲਾਂ ਸਮੇਟਣੀਆਂ ਜ਼ਰੂਰੀ ਹੁੰਦੀਆਂ ਨੇ ਇੱਕ ਗੱਲ ਹੁਣ ਇਹ ਹੈਗਾ ਜੇ ਕੈਪਟਨ ਮਰਿੰਦਰ ਸਿੰਘ ਨੇ ਬਿਆਨ ਦੇ ਦਿੱਤਾ ਹੈ ਤਾਂ ਲੋਕ ਮਨਾਂ ਦੇ ਵਿੱਚ ਕੈਪਟਨ ਅਮਰਿੰਦਰ ਦਾ ਵਿਰੋਧ ਵਿਰੋਧ ਜਿਹੜਾ ਉਹ ਸ਼ੁਰੂ ਵੀ ਹੋ ਚੁੱਕਿਆ ਹੈ ਹਾਲਾਂਕਿ ਕੈਪਟਨ ਨੇ ਨਾਲ ਇਹ ਵੀ ਕਿਹਾ ਕਿ ਜਿਹੜੀ ਗੋਲੀकांड ਹੋਈ ਸੀ ਉਹਨਾਂ ਦੇ ਵਿੱਚ ਬਾਦਲਾਂ ਦੀ ਸ਼ਮੂਲੀਅਤ ਜ਼ਰੂਰ ਹੈ ਕਿਉਂਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੀ ਤੇ ਉਪ ਮੁੱਖ ਮੰਤਰੀ ਜਿਹੜੇ ਨਾਲ ਗ੍ਰਹਿ ਮੰਤਰੀ ਜਿਹੜੇ ਸੀ ਸੁਖਵੀਰ ਸਿੰਘ ਬਾਦਲ ਸੀ ਤੇ ਉਹਨਾਂ ਦੇ ਕਹੇ ਤੋਂ ਬਿਨਾਂ ਗੋਲੀ ਨਹੀਂ ਸੀ ਚੱਲ ਸਕਦੀ ਨਹੀਂ ਗੋਲੀकांड ਇੱਕ ਵੱਖਰਾ ਕਾਂਡ ਹੋ ਗਿਆ ਨਾ ਗੋਲੀकांड ਵਾਪਰਿਆ ਕਿਉਂ ਪਹਿਲਾਂ ਤਾਂ ਇਹ ਗੱਲ ਵਿਚਾਰਨਯੋਗ ਹੈ ਗੋਲੀकांड ਗੋਲੀ ਚਲਾਉਣ ਦੀ ਜਿਹੜੀ ਹੈਗੀ اجازت ਕਿਨੇ ਦਿੱਤੀ ਜਾਂ ਗੋਲੀ ਚਲਾਉਣ ਦੇ ਪਿੱਛੇ ਕਾਰਨ ਕੀ ਸੀ ਜਾਂ ਕਿਸ ਕਾਰਨ ਵਜਾਂ ਗੋਲੀ ਚਲਾਉਣੀ ਪਈ ਇਹ ਸਾਰੇ ਕਾਰਨ ਬਾਅਦ ਵਿੱਚ ਆ ਜਾਂਦੇ ਨੇ ਇਹ ਜਿਹੜਾ ਬਿਆਦਵੀ ਕਾਂਡ ਸੀਗਾ ਜਿਵੇਂ ਪਹਿਲਾਂ ਕੈਪਟਨ ਸਰਕਾਰ ਤੇ ਜਾਂ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੇ ਖੁਦ ਦੇ ਮੰਤਰੀ ਐਮ ਐਲ ਏ ਬਿਆਨ ਦਾਗਦੇ ਆਏ ਆ ਵਿਰੋਧ ਕਰਦੇ ਆਏ ਆ ਇਲਜ਼ਾਮ ਲਗਾਉਂਦੇ ਆਏ ਆ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਾਦ ਨਾਲ ਨਾਲ ਮਿਲ ਕੇ ਫ੍ਰੈਂਡਲੀ ਮੈਚ ਖੇਡੇ ਜਾ ਰਿਹਾ ਹੈ ਜੀ ਤੇ ਉਹਦੇ ਤੇ ਵੀ ਜਿਹੜਾ ਇੱਕ ਬਾਦਲ ਹਾ ਕੈਪਟਨ ਮਨਿੰਦਰ ਸਿੰਘ ਦਾ ਬਿਆਨ ਜਿਹੜਾ ਆਇਆ ਇੱਕਦਮ ਇਹ ਉਹਦੀ ਵੀ ਕਹਿ ਲਓ ਇੱਕ ਪੈਰ ਵੀ ਕਰ ਰਿਹਾ ਉਹ ਉਹਨਾਂ ਵਿਰੋਧਾਂ ਦੀ ਜਾਂ ਉਹ ਬਾਕੀ ਸੁਰਾਂ ਦੀ ਜਾਂ ਉਹਨਾਂ ਇਲਜ਼ਾਮਾਂ ਦੀ ਕਹਿ ਲਓ ਉਹਨਾਂ ਦੀ ਪੈਰ ਵੀ ਕਰਦਾ ਦਿਖਾਈ ਦੇ ਰਿਹਾ ਜੀ ਕੈਪਟਨ ਮਨਿੰਦਰ ਸਿੰਘ ਨੇ ਇਦਾਂ ਦਾ ਬਿਆਨ ਦਿੱਤਾ ਦੂਜੀ ਗੱਲ ਕੀਤੇ ਤੁਸੀਂ ਗੋਲੀकांड ਦੀ ਗੋਲੀकांड ਦੇ ਵਿੱਚ ਸ਼ਮੂਲੀਤ ਸਰਕਾਰ ਦੇ ਆਰਡਰ ਤੋਂ ਬਿਨਾ ਸਰਕਾਰ ਦੀ ਹਦਾਇਤ ਸਰਕਾਰ ਦੇ ਆਦੇਸ਼ ਤੋਂ ਬਿਨਾ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਗ੍ਰਹਿ ਮੰਤਰੀ ਦੇ ਆਦੇਸ਼ ਤੋਂ ਬਿਨਾ ਕੋਈ ਪੁਲਿਸ ਵਾਲਾ ਜਾਂ ਕੋਈ ਪੁਲਿਸ ਅਧਿਕਾਰੀ ਜਾਂ ਆਫੀਸਰ ਕਿਵੇਂ ਕਹਿ ਲੋ ਵੀ ਇਸ ਤਰ੍ਹਾਂ ਦਾ ਇੰਨੇ ਵੱਡੇ ਇੰਨੀ ਵੱਡੀ ਘਟਨਾ ਨੂੰ ਅੰਜਾਮ ਦੇ ਸਕਦਾ ਜਾਂ ਗੋਲੀ ਇੱਕਦਮ ਚਲਾ ਸਕਦਾ ਮੈਜਿਸਟ੍ਰੇਟ ਦੇ ਆਰਡਰ ਹੁੰਦੇ ਨੇ ਐਸ ਡੀ ਐਮ ਐ ਡੀ ਸੀ ਐ ਮਤਲਬ ਸਾਰੀ ਤੁਸੀਂ ਦੇਖੋ ਆਫੀਸਰ ਲੌਬੀ ਬੈਠੀ ਹੈ ਡੀਜੀਪੀ ਤੱਕ ਦੇ ਹੁਕਮ ਹੁੰਦੇ ਨੇ ਉਹਨਾਂ ਦੀ ਨੌਲੇਜ ਵਿੱਚ ਹੁੰਦਾ ਡੀਜੀਪੀ ਦਾ ਫਰਜ਼ ਹੁੰਦਾ ਕਿ ਉਹ ਗ੍ਰਹਿ ਮੰਤਰੀ ਤੇ ਜਾਂ ਮੁੱਖ ਮੰਤਰੀ ਜਾਂ ਹੁਕਮ ਮੰਤਰੀ ਮੁੱਖ ਮੰਤਰੀ ਨੂੰ ਜਿਹੜਾ ਜਾਣੂ ਕਰਵਾਵੇ ਜੇ ਇਸ ਤਰ੍ਹਾਂ ਦੀ ਕਾਰਵਾਈ ਕਰਨੀ ਹੈ ਸੋ ਜਿਹੜੀਆਂ ਆਹ ਕਾਰਵਾਈਆਂ ਨੇ ਗੋਲੀकांड ਵਾਲੀਆਂ ਉਹ ਤਾਂ ਜਿਹੜੀਆਂ ਐ ਕਹੇ ਲੋ ਸਿੱਧੇ ਤੌਰ ਤੇ ਜੁੜੀਆਂ ਹੋਈਆਂ ਨੇ ਵੀ ਹਾਂ ਸੀਐਮ ਦਫ਼ਤਰ ਤੋਂ ਜਾਣਕਾਰੀ ਤੋਂ ਬਾਅਦ ਉੱਥੋਂ ਆਰਡਰ ਪ੍ਰਾਪਤ ਕਰਨ ਤੋਂ ਬਾਅਦ ਜਿਹੜਾ ਹੈਗਾ ਇਹ ਸਾਰਾ ਗੋਲੀकांड ਵਾਪਰਿਆ ਸੀ ਸੋ ਜਿਹੜਾ ਨਵਜੋਤ ਸਿੰਘ ਸਿੱਧੂ ਵਰਗੇ ਜਿਹੜੇ ਲਗਾਤਾਰ ਇਹ ਕੈਪਟਨ ਦੇ ਹੋਰ ਆਪਣੇ ਉਹਨਾਂ ਦੇ ਐਮਐਲਏ ਜਾਂ ਮੰਤਰੀ ਵੀ ਸੀਗੇ ਉਹ ਵੀ ਬਿਆਨ ਦਿੰਦੇ ਰਹੇ ਆ ਕਿ ਕੈਪਟਨ ਸਰਕਾਰ ਜਿਹੜਾ ਹੈਗਾ ਜੋ ਵਾਦੇ ਲੋਕਾਂ ਨਾਲ ਕੀਤੇ ਸੀ ਚਾਹੇ ਉਹ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਸੀਗੇ ਚਾਹੇ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਸੀਗੇ ਜਾਂ ਕੋਈ ਹੋਰ ਵਿਕਾਸ ਦੇ ਵਾਦੇ ਸੀ ਉਹਨਾਂ ਤੇ ਖਰਾ ਨਹੀਂ ਉਤਰ ਰਹੇ ਸੋ ਅੱਜ ਉਹਨਾਂ ਬਿਆਨਾਂ ਦੇ ਉੱਤੇ ਕੈਪਟਨ ਅਮਰਿੰਦਰ ਨੇ ਆਪਣੀ ਮੋਹਰ ਖੁਦ ਲਗਾ ਦਿੱਤੀ ਪਹਿਲਾ ਸਿਆਸੀ ਪ੍ਰਤੀਕਰਮ ਸੁਖਪਾਲ ਸਿੰਘ ਖੇੜਾ ਦਾ ਆਇਆ ਉਹਨਾਂ ਨੇ ਕਿਹਾ ਕਿ ਜਿਹੜੀ ਐਸਆਈਟੀਡੀ ਜਾਂਚ ਸੀਗੀ ਉਹਨੂੰ ਕੈਪਟਨ ਦੇ ਇਸ ਬਿਆਨ ਨੇ ਝੰਡੂੜ ਕੀ ਰੱਖ ਦਿੱਤਾ ਕਿਵੇਂ ਦੇਖਦੇ ਹੋ ਬਿਲਕੁਲ ਸਾਰਿਆਂ ਦੇਖੋ ਜੇ ਫਿਰ ਜਾਂਚ ਦੇਣ ਦੇ ਉਹ ਹੁਕਮ ਦੇਣੇ ਜਿਹੜੇ ਹੈਗਾ ਉਹ ਉਹ ਕੀ ਸੀਗਾ ਜੇ ਬਾਦਲਾਂ ਦੇ ਖਿਲਾਫ ਜਾਣਾ ਹੀ ਨਹੀਂ ਸੀ ਜਾਂ ਬਾਦਲਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਸੀ ਕਰਨੀ ਤਾਂ ਸਰਕਾਰ ਦੇ ਮ ਇੰਨਾ ਪੈਸਾ ਖਰਚ ਕੇ ਜਾਂਚਾਂ ਕਰਾਉਣ ਦਾ ਕੀ ਮਤਲਬ ਹੈ ਪੁਲਿਸ ਨੂੰ ਜਾਂਚ ਦੇਣ ਦੇ ਪੁਲਿਸ ਫੜ ਕੇ ਲਿਆ ਕੇ ਅੱਗੇ ਰੱਖ ਦਿੰਦੀ ਏਡੀਆਂ ਵੱਡੀਆਂ ਸਿੱਟ ਬਿਠਾਉਣ ਦੇ ਜਾਂ ਹੋਰ ਨਾ ਏਜੰਸੀਆਂ ਨੂੰ ਜਾਂਚ ਦੇਣ ਦਾ ਤਾਂ ਮਤਲਬ ਇਹੀ ਸੀ ਨਾ ਕਿ ਇਹਦੇ ਵਿੱਚ ਕਿਸੇ ਨਾ ਕਿਸੇ ਵੱਡੇ ਘਰਾਣੇ ਦੀ ਕਿਸੇ ਵੱਡੇ ਰਾਜਨੀਤਿਕ ਆਗੂ ਦੀ ਲੀਡਰ ਦੀ ਸ਼ਮੂਲੀਅਤ ਹੈ ਉਹਨਾਂ ਦਾ ਹੱਥ ਹੈ ਤੇ ਉਹ ਉਹਨਾਂ ਨੂੰ ਹੱਥ ਪਾਉਣਾ ਸੌਖਾ ਤਾਂ ਨਹੀਂ ਪੁਲਿਸ ਛੋਟੇ ਬੰਦਿਆਂ ਤੇ ਕਹ ਲੋ ਛੋਟੀਆਂ ਮੱਛੀਆਂ ਤੇ ਕਾਰਵਾਈ ਕਰ ਸਕਦੀ ਆ ਕਿਉਂਕਿ ਵੱਡੇ ਬੰਦੇ ਖੁਦ ਆਪ ਜਿਹੜਾ ਦੋਸੂ ਮੂਲਤ ਕਰਨ ਦੇ ਉਹਨਾਂ ਨੂੰ ਹੱਥ ਪਾਣਾ ਪੁਲਿਸ ਦੇ ਵਸ ਦੀ ਗੱਲ ਨਹੀਂ ਹੈਗੀ ਪੋਲਿਟਿਸ਼ੀਨ ਵੱਡੀ ਪਾਵਰ ਚ ਹੁੰਦੇ ਨੇ ਤੇ ਉਹ ਉਹਨਾਂ ਨੂੰ ਜੇ ਲੱਗਦਾ ਸੀ ਪਹਿਲਾਂ ਕੈਪਟਨ ਮਰਿੰਦਰ ਸਿੰਘ ਨੂੰ ਕਿ ਇਹਨਾਂ ਦਾ ਕੋਈ ਹੱਥ ਨਹੀਂ ਹੈ ਤਾਂ ਪਹਿਲਾਂ ਹੀ ਬਿਆਨ ਦੇ ਦਿੰਦੇ ਹੂੰ ਬਿਲਕੁਲ ਤੇ ਪਹਿਲਾਂ ਹੀ ਇਹ ਖਤਮ ਕਰ ਦਿੰਦੇ ਚੀਜ਼ ਨੂੰ ਤਾਂ ਪੁਲਿਸ ਇਸ ਉੱਤੇ ਕਾਰਵਾਈ ਕਰਦੀ ਤੇ ਪੁਲਿਸ ਜਿਹੜੇ ਹਸਲੀ ਦੋਸ਼ੀ ਲੈ ਕੇ ਸਾਹਮਣੇ ਰੱਖ ਦਿੰਦੀ ਹੁਣ ਤੱਕ ਜੇ ਬਾਦਲਾਂ ਦਾ ਹੱਥ ਨਹੀਂ ਮੰਨਦੇ ਉਹ ਕੈਪਟਨ ਮਰਿੰਦਰ ਸਿੰਘ ਮੰਨਦੇ ਨੇ ਕਿ ਬਾਦਲਾਂ ਦਾ ਕੋਈ ਹੱਥ ਨਹੀਂ ਇਹਦੇ ਚ ਤਾਂ ਅਸਲੀ ਦੋਸ਼ੀ ਕਿੱਥੇ ਨੇ ਕੌਣ ਨੇ ਵੱਡਾ ਸਵਾਲ ਇਹ ਵੀ ਹੈ ਕਿ ਜਦੋਂ ਕੇਪਟਨ ਅਮਿੰਦਸ ਨੇ ਕਿਹਾ ਵੀ ਮੰਨਦੇ ਹੈ ਕਿ ਉਹਨਾਂ ਦੀ ਗੋਲੀ ਕਾਂਡ ਦੇ ਵਿੱਚ ਸ਼ਮੂਲੀਅਤ ਹੈਗੀ ਆ ਤਾਂ ਫਿਰ ਹਾਲੇ ਤੱਕ ਕਾਰਵਾਈ ਕਿਉਂ ਨਹੀਂ ਹੋ ਰਹੀ ਬਿਲਕੁਲ ਇਹ ਵੱਡਾ ਸਵਾਲ ਵੀ ਹੈਗਾ ਜੇ ਹਾਲਾਂਕਿ ਗੱਲ ਇਹ ਵੀ ਸਾਹਮਣੇ ਆਈਆਂ ਸੀ ਕਿ ਉਸ ਸਮੇਂ ਦੀ ਸਰਕਾਰ ਦਾ ਇੱਕ ਐਮਐਲਏ ਜਿਹੜਾ ਸੀਗਾ ਉਹ ਗੋਲੀ ਦਾ ਆਰਡਰ ਲੈਂਡ ਦੇ ਲਈ ਵਾਰ-ਵਾਰ ਉਸ ਮੌਕੇ ਦੇ ਐਸਡੀਐਮ ਦੇ ਕੋਲ ਜਾ ਰਿਹਾ ਸੀ ਫਿਰ ਵੀ ਕੋਈ ਕਾਰਵਾਈ ਨਹੀਂ ਇਸ ਸਿੱਟੇ ਤੋਂ ਸਿੱਟ ਜਿਹੜੀ ਹੈਗੀ ਸਿੱਟ ਜਾਂਚਾਂ ਕਹੀਆਂ ਬਿਠਾਈਆਂ ਨੇ ਬਾਦਲਾਂ ਨੇ ਵੀ ਬਿਠਾਈ ਇਹਨਾਂ ਨੇ ਹੀ ਬਿਠਾਈ ਉਹ ਜਾਂਚਾਂ ਦਾ ਕਾਰਨ ਕੀ ਹੈ ਜਾਂਚ ਏਜੰਸੀਆਂ ਬਿਠਾਉਣ ਦਾ ਕਾਰਨ ਕੀ ਹੈ ਜਾਂਚਾਂ ਕਰਾਉਣ ਦਾ ਮਤਲਬ ਕੀ ਹੈ ਜੇ ਤੁਸੀਂ ਕਾਰਵਾਈ ਨਹੀਂ ਕਰਨੀ ਹੁਣ ਤੱਕ ਇਹ ਸਾਰਾ ਮਾਮਲਾ ਜਿਹੜਾ ਹੈਗਾ ਜਯਦਪੀ ਕਾਂਢ ਤੋਂ ਲੈ ਕੇ ਅੱਜ ਤੱਕ ਜੋ ਕੁਝ ਵਾਪਰਿਆ ਚਾਹੇ ਉਹ ਜਾਂਚ ਏਜੰਸੀਆਂ ਰਹੀ ਵਾਪਰਿਆ ਜਾਂ ਜਿਨ੍ਹਾਂ ਨੂੰ ਵੀ ਜਾਂਚ ਉਹਨਾਂ ਨੇ ਦਿੱਤੀ ਉਹਨਾਂ ਦੇ ਜਾਂ ਪੁਲਿਸ ਦੇ ਕਈ ਮੁਲਾਜ਼ਮ ਜਿਹੜੇ ਦੇ ਚਾਹੇ ਚਾਹੇ ਅਧਿਕਾਰੀ ਸੀਗੇ ਆਫੀਸਰ ਸੀਗੇ ਜਾਂ ਕੋਈ ਵੀ ਸੀਗੇ ਜਿਨ੍ਹਾਂ ਦਾ ਨਾਮ ਆਂਦਾ ਰਿਹਾ ਲਿਸਟ ਦੇ ਵਿੱਚ ਆਂਦਾ ਰਿਹਾ ਜਿਵੇਂ ਸਾਬਕਾ ਡੀਜੀਪੀ ਦਾ ਆ ਤੇ ਉਹ ਉਹ ਸਾਰੇ ਉਹਨਾਂ ਨੂੰ ਅਗਰ ਜੇ ਉਹਨਾਂ ਦਾ ਨਾਮ ਆਇਆ ਹੈ ਤਾਂ ਜਾਂਚ ਹੋਈ ਹੈ ਬਿਠਾਉਣ ਦਾ ਜਾਂਚ ਕਾਰਨ ਕੀ ਸੀ ਕਾਰਵਾਈ ਨਾ ਕਰਨ ਦਾ ਕਾਰਨ ਕੀ ਹੈ ਤੇ ਦੋਸ਼ੀਆਂ ਨੂੰ ਫੜ ਕੇ ਜੇਲ੍ਹਾਂ ਦੇ ਅੰਦਰ ਨਾ ਡੱਕਣ ਦਾ ਕਾਰਨ ਕੀ ਹੈ ਸਰਕਾਰ ਜਵਾਬ ਦੇ ਜਿਸ ਸਮੇਂ ਜਿਸ ਸਮੇਂ ਉਮਰਾਨੰਗਲ ਨੂੰ ਫੜ ਕੇ ਅੰਦਰ ਦਿੱਤਾ ਗਿਆ ਸੀ ਉਸ ਤਰੀ ਉਸ ਸਮੇਂ ਬਹੁਤ ਵੱਡੇ ਵੱਡੇ ਸਵਾਲ ਉੱਠੇ ਸੀ ਕਿ ਹੁਣ ਹੋ ਸਕਦਾ ਹੈ ਕਿ ਵੱਡੇ ਕਿਸੇ ਅਧਿਕਾਰੀ ਜਾਂ ਵੱਡੇ ਕਿਸੇ ਲੀਡਰ ਨੂੰ ਹੱਥ ਪੈ ਸਕਦਾ ਉਮਰਾਨੰਗਲ ਸਾਹਿਬ ਜੇਲ੍ਹ ਚ ਭੇਜਦੇ ਉਸ ਤੋਂ ਬਾਅਦ ਉਹ ਜਮਾਨਤ ਤੋਂ ਬਾਹਰ ਵੀ ਆ ਗਏ ਪਰ ਜਾਂਚ ਐਸਆਈਟੀ ਦੀ ਠੁੱਸ ਹੋ ਗਈ ਉਹੀ ਗੱਲ ਕਰਦਾ ਇਹ ਜਾਂਚਾਂ ਲੰਮੀਆਂ ਪੈਂਡਿੰਗ ਰੱਖਣ ਦਾ ਕਾਰਨ ਕੀ ਹੈ ਜਾਂਦਾ ਇਹਨਾਂ ਨੂੰ ਚੋਣ ਅ ਮੁੱਦੇ ਬਣਾਇਆ ਜਾ ਰਹੇ ਹੈ ਜਿਸ ਤੇ ਸੀਬੀ ਨੇ ਇੱਕ ক্লোਜ਼ਰ ਰਿਪੋਰਟ ਦਾਖਲ ਕਰਤੀ ਜੀ ਫੁਲਾਣਾ ਹੋਗਾ ਹੁਣ ਦੁਬਾਰੇ ক্লোਜ਼ਰ ਰਿਪੋਰਟ ਨੂੰ ਕਾਪੀ ਲੈਣ ਤੱਕ ਹੁਣ ਕਾਂਗਰਸ ਫੇਰ ਦੁਬਾਰੇ ਉਹ ਚਾਰਾ ਜੋਈ ਕਰ ਰਹੀ ਹੈ ਸਾਨੂੰ ਕਾਪੀ ਨਹੀਂ ਦੇ ਰਹੀ ਜੀ ਸਵਾਲਾਂ ਸਵਾਲ ਖੜੇ ਕਰ ਰਹੀ ਪਹਿਲਾ ਜਾਂਚ ਦੇਣ ਦਾ ਮਤਲਬ ਕੀ ਸੀ ਜਾਂਚ ਵਾਪਸ ਲੈਣ ਦਾ ਜਿਹੜਾ ਮਤਲਬ ਕੀ ਸੀ ਸਾਰੀਆਂ ਚੀਜ਼ਾਂ ਜੇ ਵਿਚਾਰੀਆਂ ਜਾਣ ਤਾਂ ਅਗਰ ਛੋਟਾ ਜਿਹਾ ਕੇਸ ਵੀ ਆਪਾਂ ਦੇਖ ਲਿਆ ਜਾਵੇ ਉਦਾਲਤ ਦੇ ਵਿੱਚ ਜਾਂਦਾ ਹੈ ਠੀਕ ਹੈ ਜਾਂਦਾ ਨਾਲ-ਨਾਲ ਕਾਰਵਾਈ ਹੁੰਦੀ ਹੈ ਪੁਲਿਸ ਫੜ ਕੇ ਅੰਦਰ ਡੱਕ ਦਿੰਦੀ ਹੈ ਜ਼ਮਾਨਤ ਤੱਕ ਨਹੀਂ ਹੁੰਦੀ ਜੀ ਜ਼ਮਾਨਤਾਂ ਹੋ ਗਈਆਂ ਕਾਰਵਾਈਆਂ ਹੋ ਰਹੀਆਂ ਨੇ ਕੁਝ ਕੁ ਬੰਦਿਆਂ ਦੇ ਉੱਤੇ ਕਾਰਵਾਈ ਕਰਤੀ ਉਹਨਾਂ ਨੂੰ ਵੀ ਇਹ ਕਿਹਾ ਜਾ ਰਿਹਾ ਕਿ ਹਾਂਜੀ ਇਹ ਜਾਣਦੇ ਜੇ ਇਸ ਜੱਜ ਜੀ ਅਸੀਂ ਨੇ ਜੇ ਇਸ ਦਾ ਨਾਲ ਇਹਦਾ ਦੂਜੀ ਜੱਜ ਅਸੀਂ ਨੂੰ ਉਹਨੂੰ ਡਿਨਾਈ ਕਰ ਰਹੀ ਹੈ ਠੀਕ ਹੈ ਕੋ ਪ੍ਰੂਫ ਨਹੀਂ ਜੀ ਫੁਲਾਣਾ ਨਹੀਂ ਜੀ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਇਹਨਾਂ ਦਾ ਮੇਰਾ ਮੇਰਾ ਇਹ ਨਿੱਜੀ ਮੰਨਣਾ ਹੈਗਾ ਕਿ ਇਹ ਸਾਰੀਆਂ ਗੱਲਾਂ ਇਹਨਾਂ ਮੁੱਦਿਆਂ ਨੂੰ ਠੰਡੇ ਵਾਸਤੇ ਚ ਪਾ ਕੇ ਲਟਕਾ ਕੇ ਰੱਖਣ ਚ ਫਾਇਦਾ ਮੰਨ ਰਹੀਆਂ ਨੇ ਰਾਜਨੀਤਿਕ ਪਾਰਟੀਆਂ ਜਦੋਂ ਜਦੋਂ ਚੋਣਾਂ ਆਉਂਦੀਆਂ ਇਹਨਾਂ ਨੂੰ ਬਸਤੀਆਂ ਉਤਾਰਿਆ ਜਾਊਗਾ ਖੋਲਿਆ ਜਾਊਗਾ ਇਹਨਾਂ ਦੀਆਂ ਫਾਈਲਾਂ ਨੂੰ ਢੂੜ ਕਰਦਾ ਹਟਾਇਆ ਜਾਊਗਾ ਦੁਆਰੇ ਫੇਰ ਬਿਆਨ ਤੇ ਬਿਆਨ ਦਾਗੇ ਜਾਣਗੇ ਦੁਆਰੇ ਫੇਰ ਉਹੀ ਮਸਲੇ ਖੜੇ ਹੋਣਗੇ ਲੋਕਾਂ ਨੂੰ ਫੇਰ ਉਕਸਾਇਆ ਜਾਊਗਾ ਤੇ ਉਹ ਚੋਣਾਂ ਦੇ ਵਿੱਚ ਵੱਡੇ ਵੱਡੇ ਬਿਆਨ ਦਾ ਕੇ ਲੋਕਾਂ ਨੂੰ ਭੋਲੇ ਭਾਲੇ ਲੋਕਾਂ ਨੂੰ ਐਂ ਕਹਿ ਲੋ ਵੀ ਬੁੱਧੂ ਬਣਾਉਣ ਦੀ ਕੋਸ਼ਿਸ਼ ਕਰੀ ਜਾਊਗੀ ਫੇਰ ਵੋਟਾਂ ਹਾਸਲ ਕਰਕੇ ਸੱਤਾ ਹਾਸਲ ਕਰਨ ਦਾ ਇੱਕ ਜਿਵੇਂ 84 ਦਾ ਮੁੱਦਾ ਸੀ ਐਵੇਂ ਹੀ ਬਰਗਾੜੀ ਕਾਹਨ ਦਾ ਮੁੱਦਾ ਲੰਮੇ ਸਮੇਂ ਤੱਕ ਚੱਲਣ ਵਾਲਾ ਇਹ ਸਿਆਸੀ ਮੁੱਦਾ ਬਣ ਗਿਆ ਇਹ ਚੋਣ ਮੁੱਦਾ ਬਣ ਕੇ ਰਹਿ ਗਿਆ ਗੁਰੂਗ੍ਰਾਂਧ ਸਾਹਿਬ ਜੀ ਦੀ ਜਿਹੜੀ ਬੇਅਦਬੀ ਦਾ ਮਾਮਲਾ ਸੀਗਾ ਘਟਨਾ ਸੀਗੀ ਉਹ ਕਿਸੇ ਰਾਜਨੀਤਿਕ ਪਾਰਟੀ ਦੇ ਕਿਸੇ ਵੀ ਬੰਦੇ ਦੇ ਮੈਂ ਕਿਸੇ ਇੱਕ ਪਾਰਟੀ ਦਾ ਨਹੀਂ ਨਾਮ ਲੈ ਰਿਹਾ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਕਿਸੇ ਇੱਕ ਬੰਦੇ ਨੇ ਵੀ ਉਹਨੂੰ ਸੀਰੀਅਸ ਨਹੀਂ ਲਿਆ ਜੇ ਲਿਆ ਹੁੰਦਾ ਤੇ ਅੱਜ ਕੋਈ ਨਾ ਕੋਈ ਕਾਰਵਾਈ ਹੋਰ ਹੀ ਹੁੰਦੀ ਤੇ ਜਾਂ ਹੋ ਚੁੱਕੀ ਹੁੰਦੀ ਸਭ ਬਿਆਨਬਾਜ਼ੀਆਂ ਕਰਨ ਦੇ ਅਖਬਾਰਾਂ ਦੇ ਵਿੱਚ ਲੀਡਰੀ ਚਮਕਾਉਣ ਦੇ ਸੁਰਖੀਆਂ ਵਿੱਚ ਬਣੇ ਰਹਿਣ ਦੇ ਇੱਛਕ ਉਹਨੇ ਮਾਮਲਿਆਂ ਨੂੰ ਚੱਕਦੇ ਨੇ ਆਪਣਾ ਨਾਮ ਪੜ ਕੇ ਸਵੇਰੇ ਫੋਟੋ ਦੇਖ ਕੇ ਬਿਆਨ ਦੇਖ ਕੇ ਖੁਸ਼ ਹੋ ਕੇ ਜੀਵਨ ਜਿਵੇਂ ਤੁਸੀਂ ਕਿਹਾ ਵੀ ਇਹ ਮੁੱਦੇ ਚੋਣਾਂ ਦੇ ਵਿੱਚ ਚੁੱਕੇ ਜਾਂਦੇ ਆ 2017 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਇਹ ਮੁੱਦਾ ਬੜੀ ਸਿਆਸਤ ਦੇ ਵਿੱਚ ਆਇਆ ਸੀਗਾ ਤੇ 2017 ਵਿਧਾਨ ਸਭਾ ਦੇ ਵਿੱਚ ਅਕਾਲੀ ਦਲ ਨੂੰ ਇਹਦੇ ਵਿੱਚ ਨਿਸ਼ਾਨਾ ਬਣਾਇਆ ਗਿਆ ਸੀ ਅਕਾਲੀ ਦਲ ਨੂੰ 2017 ਵਿਧਾਨ ਸਭਾ ਦੇ ਵਿੱਚ ਖਮਿਆਜਾ ਵੀ ਭੁਗਤਣਾ ਪਿਆ ਸੀ ਹੁਣ ਜਿਮਨੀ ਚੋਣਾਂ ਸਿਰਤੇ ਨੇ ਕੈਪਟਨ ਅਮਰਿੰਦਰ ਸਿੰਘ ਦਾ ਇਹ ਬਿਆਨ ਆਇਆ ਕਿਸ ਤਰ੍ਹਾਂ ਦੇਖਦੇ ਹੋ ਕਿ ਇਹ ਕੈਪਟਨ ਅਮਰਿੰਦਰ ਸਿੰਘ ਦਾ ਇਹ ਬਿਆਨ ਕੀ ਸਿਆਸੀ ਸਮੀਕਰਨ ਤੈਅ ਕਰੂਗਾ ਦੇਖੋ ਜਿਹੜੀ ਗੱਲ ਹੈਗੀ ਹੈ ਬਿਆਨ ਤਾਂ ਹੁਣ ਕੈਪਟਨ ਅਮਰਿੰਦਰ ਨੇ ਅਕਾਲੀ ਦਲ ਦੇ ਪੱਖ ਜਿਹੇ ਦਾ ਬਾਦਲਾਂ ਦੇ ਪੱਖ ਹੁਣ ਲੋਕ ਇਹਦੇ ਤੋਂ ਕੀ ਸਮਝ ਲੈਂਦੇ ਨੇ ਲੋਕ ਇਹਦਾ ਕੀ ਮਾਇਨੇ ਕੱਢਦੇ ਨੇ ਤੇ ਕੀ ਮਤਲਬ ਕੱਢਦੇ ਨੇ ਉਹ ਲੋਕਾਂ ਦੇ ਹੱਥ ਚ ਹੈ ਲੋਕਾਂ ਨੂੰ ਸਮਝਦਾਰ ਹੋਣ ਦੀ ਲੋੜ ਹੈ ਗਵਿੰਦਰ ਇਹ ਮਸਲੇ ਇਦਾਂ ਦੇ ਨਹੀਂ ਹੈਗੇ ਕਿ ਚਲੋ ਕਿਸੇ ਨੂੰ ਕਿਸੇ ਦਾ ਕੋਈ ਸਾਈਕਲ ਚੋਰੀ ਹੋ ਗਿਆ ਜਾਂ ਕਿਸੇ ਨੇ ਕਿਸੇ ਦੀ ਕੋਈ ਘਰ ਦੀ ਕੰਧ ਢਾਤੀ ਜਾਂ ਗੇਟ ਢਾਤਾ ਜਾਂ ਕਿਸੇ ਨੇ ਕਿਸੇ ਦਾ ਖੇਤ ਬਾੜਿਆ ਕੋਈ ਛੋਟੇ ਮਸਲੇ ਨੇ ਇਹਨਾਂ ਨੂੰ ਸੁਲਝਾਇਆ ਜਾਂਦਾ ਆਪਸ ਵਿੱਚ ਬੈਠ ਕੇ ਸੁਲਝਾ ਲਿਆ ਜਾਂਦਾ ਲੇਕਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਹੈ ਬੇਅਦਬੀ ਦਾ ਮਾਮਲਾ ਹੈ ਗੋਲੀ ਕਾਂਡ ਦਾ ਮਾਮਲਾ ਹੈ ਲੋਕਾਂ ਦੀਆਂ ਭਾਵਨਾਵਾਂ ਨਾਲ ਵਿਦੇਸ਼ ਵਿਦੇਸ਼ 'ਚ ਬੈਠੇ ਦੇ ਲੋਕ ਨੇ ਸਿੱਖ ਧਰਮ ਨਾਲ ਜੁੜੇ ਹੋਏ ਨੇ ਸਿੱਖ ਭਾਈਚਾਰੇ ਦੇ ਲੋਕ ਨੇ ਜਿਹੜੇ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਬੜੀ ਵੱਡੀ ਠੇਸ ਪਹੁੰਚੀ ਔਰ ਇਹਦਾ ਖਮਿਆਜਾ ਹਮ ਅਕਾਲੀ ਦਲ ਨੂੰ ਭੁਗਤਣਾ ਪਿਆ ਬਕਾਇਦਾ ਤੌਰ ਤੇ ਹੋਰ ਮੇਰੇ ਖਿਆਲ ਨਾਲ ਵੀ ਇਹ ਜਿਹੜਾ ਇਹ ਇਹ ਬਿਆਨ ਹੈਗਾ ਕੈਪਟਨ ਰਮੇਂਦਰ ਦਾ ਇਹਦਾ ਵੀ ਕਿਤੇ ਨਾ ਕਿਤੇ ਖਮਿਆਜਾ ਜਿਹੜਾ ਹੈ ਕਾਂਗਰਸ ਨੂੰ ਭੁਗਤਣਾ ਪੈ ਸਕਦਾ ਹੈ ਕੈਪਟਨ ਮਿੰਦਰ ਸਿੰਘ ਇੱਕ ਵਾਰ ਫਿਰ ਸਵਾਲਾਂ ਦੀ ਘੇਰੀਚ ਨਹੀਂ ਕਿਉਂਕਿ ਚਾਰ ਜਿਹੜੇ ਉਮੀਦਵਾਰ ਸੀ ਉਹਨਾਂ ਨੇ ਐਲਾਨ ਦਿੱਤੇ ਆ ਤੇ ਨਾਰਾਜ਼ਗੀ ਵੀ ਸ਼ੁਰੂ ਹੋ ਗਈ ਹੈ ਕਿਉਂਕਿ ਜਿਹੜੇ ਜਲਾਲਾਬਾਦ ਤੋਂ ਚੋਣ ਲੜਨਾ ਚਾਹੁੰਦੇ ਸੀਗੇ ਗੋਲਦੀ ਕੰਬੋਜੀ ਉਹ ਹੁਣ ਅਸਤੀਫਾ ਦੇ ਚੁੱਕਿਆ ਜੀ ਕਿਉਂਕਿ ਉਹ ਚੋਣ ਲੜਨਾ ਚਾਹੁੰਦੇ ਸੀ ਤੇ ਉਹਨਾਂ ਦਾ ਇਲਜ਼ਾਮ ਹੈ ਕਿ ਜਿਹੜਾ ਬਾਹਰੀ ਉਮੀਦਵਾਰ ਉਥੋਂ ਲਿਆਂਦਾ ਗਿਆ ਤੇ ਉਹਨੂੰ ਉਹਦੇ ਕਰਕੇ ਉਹ ਨਾਰਾਜ਼ ਹੋ ਕੇ ਉਹਨਾਂ ਨੇ ਅਸਤੀਫਾ ਦਿੱਤਾ ਬਿਲਕੁਲ ਪਹਿਲਾ ਝਟਕਾ ਕਾਂਗਰਸ ਨੂੰ ਦੇਖੋ ਪਾਰਟੀਆਂ ਦੇ ਵਿੱਚ ਲੋਕ ਜਗਤ ਜੁੜਦੇ ਨੇ ਹਮ ਜਦੋਂ ਕੋਈ ਪਾਰਟੀ ਦੇ ਵਿੱਚ ਕੰਮ ਕਰ ਰਿਹਾ ਹੁੰਦਾ ਵਰਕਰ ਚਾਹੇ ਉਹ ਛੋਟਾ ਵਰਕਰ ਹੈ ਚਾਹੇ ਵੱਡਾ ਦੁ ਲੰਮੇ ਸਮੇਂ ਤੋਂ ਜੁੜਿਆ ਆ ਜਾਂਦਾ ਰਹਿੰਦਾ ਹੈ ਤਾਂ ਉਹ ਵਰਕਰ ਜਿਹੜਾ ਉਹ ਇੱਕ ਨਾ ਇੱਕ ਨਾ ਇੱਕ ਦਿਨ ਇਹਦਾ ਮੰਗ ਕਰਦਾ ਹੀ ਹੈ ਨਾ ਕਿ ਮੈਨੂੰ ਕਿਸੇ ਨਾ ਕਿਤੇ ਹਲਕੇ ਤੋਂ ਟਿਕਟ ਦਿੱਤੀ ਜਾਵੇ ਮੈਂ ਚੋਣ ਲੜਾਂ ਮੈਂ ਸੱਤਾ ਦੇ ਵਿੱਚ ਆਵਾਂ ਮੈਂ ਵੀ ਆਪਣਾ ਨਾਮ ਜਮਗਾਵਾ ਸੋ ਮੈਂ ਇਹਨੂੰ ਇਹ ਤਾਂ ਨਹੀਂ ਮੰਨਦਾ ਕਿ ਇਹ ਕੁਰਸੀ ਦੀ ਭੁੱਖ ਹੈ ਲੇਕਿਨ ਕਿੰਨਾ ਕਿਤੇ ਲਾਲਚ ਤਾਂ ਹੁੰਦਾ ਹੀ ਹੈ ਬੰਦੇ ਨੂੰ ਸੇਵਾ ਦਾ ਦੇਖੋ ਸਮਾਜ ਸੇਵਕ ਬੜੇ ਨੇ ਸਮਾਜ ਸੇਵੀ ਸੰਸਥਾਵਾਂ ਬੜੀਆਂ ਨੇ ਐਨ ਜੀਓਜ਼ ਚੱਲ ਰਹੇ ਨੇ ਅਗਰ ਕਿਸੇ ਨੇ ਸੱਚੀ ਮੁੱਚੀ ਸੇਵਾ ਕਰਨੀ ਹੈ ਕਿ ਜ਼ਰੂਰੀ ਨਹੀਂ ਹੈ ਕਿ ਉਹ ਉਹਨੂੰ ਪੋਲੀਟੀਸ਼ੀਅਨ ਬਣਨਾ ਹੀ ਜ਼ਰੂਰੀ ਹੈ ਠੀਕ ਹੈ ਲਾਲਚ ਤਾਂ ਵੜਿਆ ਹੋਇਆ ਹੈ ਪਰ ਮੈਂ ਇਹ ਨੂੰ ਇਹ ਵੀ ਨਹੀਂ ਕਹਿੰਦਾ ਕਿ ਲਾਲਚ ਵੀ ਨਹੀਂ ਹੈਗਾ ਠੀਕ ਹੈ ਆਪਣਾ ਕੈਰੀਅਰ ਚ ਮਕਾਉਣਾ ਚਾਹੁੰਦਾ ਜੇਕਰ ਇਹ ਵੀ ਹੈ ਕਿ ਜਿਹੜੇ ਨਿਊ ਜਨਰੇਸ਼ਨ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਪੋਲੀਟੀਸ਼ੀਨ ਬਣਨਾ ਚਾਹੀਦਾ ਕਿਤੇ ਨਾ ਕਿਤੇ ਉਹਨਾਂ ਦਾ ਇਲਜ਼ਾਮ ਸਹੀ ਵੀ ਹੈ ਕਿਉਂਕਿ ਮੁੱਲਾਪੁਰ ਦਾਖੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਕੈਪਟਨ ਰਮਿੰਦਰ ਸਿੰਘ ਨੇ ਆਪਣੇ OSD ਸੰਦੀਪ ਸੰਧੂ ਨੂੰ ਉਤਾਰਿਆ ਚੋਂ ਮੈਦਾਨ ਦੇ ਵਿੱਚ ਕਿਉਂਕਿ ਦਾਖਾ ਹਲਕਾ ਬਹੁਤ ਪੁਰਾਣਾ ਹਲਕਾ ਹੈ ਉਹਦੇ ਵਿੱਚ ਕਿਉਂਕਿ ਕੈਪਟਨ ਰਮਿੰਦਰ ਸਿੰਘ ਨੂੰ ਉੱਥੇ ਕੋਈ ਨਹੀਂ ਮਿਲਿਆ ਕੋਈ ਲੀਡਰ ਨਹੀਂ ਮਿਲਿਆ ਕਾਂਗਰਸ ਦਾ ਜਿਹੜਾ ਉਥੇ ਚੋਣ ਲੜ ਸਕੇ ਮਨਪੀਰ ਜਗਦੀਪ ਗੋੜੀ ਨੇ ਕੰਮ ਵੀ ਉੱਥੇ ਲੋਕਾਂ ਦੇ ਵਿੱਚ ਇਹ ਹੈਗਾ ਕਿ ਉਹਨੇ ਕੰਮ ਕੀਤਾ ਉਹ ਲੋਕਾਂ ਦੇ ਵਿੱਚ ਫਿਰ ਰਿਹਾ ਸੀਗਾ ਗੋਲਡ ਜਿਹੜਾ ਹੈਗਾ ਕਾਂਗਰਸ ਦਾ ਜਲਾਲਾਬਾਦ ਠੀਕ ਹੈ ਜਲਾਲਾਬਾਦ ਉਹਦੀ ਗੱਲ ਆਪਾਂ ਕਰਦੇ ਹਾਂ ਜੋ ਜਿਹੜਾ ਉੱਥੇ ਰਿਜ਼ਾਈਨ ਕਰ ਗਿਆ ਉਹ ਉੱਥੇ ਵਿਤਰ ਰਿਹਾ ਸੀ ਹਲਕੇ ਦੇ ਵਿੱਚ ਉਹਨੇ ਕੰਮ ਵੀ ਕੀਤੇ ਆ ਠੀਕ ਹੈ ਤੇ ਉਹ ਚਾਹੁੰਦਾ ਵੀ ਸੀਗਾ ਕਿ ਐਮਐਮ ਨੂੰ ਟਿਕਟ ਦਿੱਤੀ ਜਾਵੇ ਉਹਨੇ ਆਪਣੇ ਜਿਹੜਾ ਰਿਜ਼ਾਈਨ ਭੇਜਿਆ ਉਹਨੇ ਉਹਨੇ ਰੈਜ਼ੀਗਨੇਸ਼ਨ ਚ ਬਕਾਇਦਾ ਤੌਰ ਤੇ ਲਿਖਿਆ ਹੈ ਕਿ ਜਿਹੜੇ ਵਰਕਰ ਨੇ ਉਹਨਾਂ ਦੇ ਦਿਲਾਂ ਨੂੰ ਠੇਸ ਪਹੁੰਚਦੀ ਜਦੋਂ ਕੰਮ ਕਰਦੇ ਨੇ ਉਹਨਾਂ ਨੂੰ ਕੰਮ ਦਾ ਜਿਹੜਾ ਮੁਆਵਜ਼ਾ ਨਹੀਂ ਮਿਲਦਾ ਪਰ ਉਹ ਆਪ ਕਹਿੰਦਾ ਕਿ ਮੈਨੂੰ ਸੀਟ ਲੜਨ ਦਾ ਮੈਂ ਇੱਛਕ ਸੀਗਾ ਲੇਕਿਨ ਮੈਨੂੰ ਦਰਕਨਾਰ ਕਰਕੇ ਬਾਹਰ ਜਿਹੜਾ ਉਮੀਦਵਾਰ ਹੈਗਾ ਉਹਨੂੰ ਇੱਥੋਂ ਉਤਾਰ ਦਿੱਤਾ ਗਿਆ ਤੁਸੀਂ ਗੱਲ ਕਰਦੇ ਹੋ ਡਾਕੇ ਦੀ ਡਾਕੇ ਦੇ ਵਿੱਚ ਵੀ ਜਿਹੜਾ ਕਾਂਗਰਸ ਦੇ ਚਾਰ ਵੱਡੇ ਦਿਗਜ ਸੀਗੇ ਜਿਹੜੇ ਉਹਨਾਂ ਨੂੰ ਬੰਦ ਕਮਰਾ ਮੀਟਿੰਗਾਂ ਦੇ ਉਹਨਾਂ ਨੂੰ ਕੀਤੀ ਗਈ ਆ ਉਹਨਾਂ ਨੂੰ ਸਮਝਾਇਆ ਗਿਆ ਇਹਨਾਂ ਵਿੱਚ ਤੋਂ ਇੱਕ ਹੋਰ OSDU ਸੀ ਉਹਨਾਂ ਦੀ ਹਾਂ ਉਹ ਸੰਦੀਪ ਸੰਧੂ ਨੂੰ ਜਿਹੜਾ ਉਤਾਰਿਆ ਗਿਆ ਉਹ ਐਂ ਕਹਿ ਲੋ ਕਿ ਅਕਾਲੀ ਦਲ ਉੱਥੇ ਮਜ਼ਬੂਤ ਕੈਂਡੀਡੇਟ ਉਤਾਰਨ ਵਿੱਚ ਕਾਮਯਾਬ ਹੋ ਗਿਆ ਤੇ ਉਹਦੇ ਵਿਰੁੱਧ ਸੀਟ ਕੱਢਣ ਦੇ ਲਈ ਜਾਂ ਮੈਂ ਕਹਿ ਲਵਾਂ ਕਿ ਉਹ ਸਾਲ ਕੇ ਦੇ ਵਿੱਚ ਜਿਹੜੀਆਂ ਲੋਕ ਸਭਾ ਚੋਣਾਂ ਹੋਈਆਂ ਸੀ ਉਹਦੇ ਵਿੱਚ ਉਹ ਸਾਲ ਕੇ ਦੇ ਵਿੱਚ ਸਭ ਤੋਂ ਵੱਧ ਵੋਟਾਂ ਸਿਮਰਜੀਤ ਸਿੰਘ ਬੈਂਸ ਨੂੰ ਪਈਆਂ ਸੀ ਬਿਲਕੁਲ ਤੇ ਕਿਉਂਕਿ ਕਾਂਗਰਸ ਉੱਥੇ ਮੇਰੇ ਖਿਆਲ 'ਚ ਤੀਜੇ ਨੰਬਰ ਤੇ ਜਾ ਰਹੀ ਸੀ ਕਿਉਂਕਿ ਮਨਪੀਤ ਯਾਲੀ ਬੜੇ ਸਟਰੋਂਗ ਕੈਂਡੀਡੇਟ ਨੇ ਉਸ ਤੋਂ ਇਲਾਵਾ ਸਿਮਰਜੀਤ ਬੈਂਸ ਦੀ ਪਾਰਟੀ ਉੱਥੇ ਮਜ਼ਬੂਤ ਹੈ ਤੇ ਕਾਂਗਰਸ ਤੀਜੇ ਨੰਬਰ ਤੇ ਜਾ ਰਹੀ ਸੀ ਮੋਹੀ ਗੱਲ ਕਰਦਾ ਕਿ ਅਕਾਲੀ ਦਲ ਆਲਰੇਡੀ ਇੱਕ ਸਟਰੋਂਗ ਕੈਂਡੀਡੇਟ ਨਾਲ ਉੱਥ ਮજબૂત ਦਾਅਵੇਦਾਰੀ ਪੇਸ਼ ਕਰ ਚੁੱਕਿਆ ਹੈ ਉਹਦੇ ਅਗੇਂਸਟ ਲੋਕਲ ਕੈਂਡੀਡੇਟ ਦਾ ਨਾਮ ਉਤਾਰ ਕੇ ਕੈਪਟਨ ਮਰਿੰਦਰ ਸਿੰਘ ਨੇ ਜਿਹੜਾ ਕੈਂਡੀਡੇਟ ਉੱਥੇ ਉਤਾਰਿਆ ਉਹਦੇ ਵਿੱਚ ਜਾਂ ਤਾਂ ਐ ਕਿਹਾ ਕੋਈ ਮਨਪ੍ਰੀਤ ਨੂੰ ਇੱਕ ਯਾਲੀ ਨੂੰ ਟੱਕਰ ਦੇਣ ਦੀ ਗੱਲ ਕਹੀ ਜਾ ਸਕਦੀ ਹੈ ਕਿਉਂਕਿ ਖਾਸਮ ਖਾਸ ਹੈ ਕੈਪਟਨ ਮਨਿੰਦਰ ਦਾ ਲੋਕਾਂ ਦੇ ਵਿੱਚ ਪ੍ਰਭਾਵ ਇਹ ਜਾਂਦਾ ਹੈ ਕਿ ਮੁੱਖ ਮੰਤਰੀ ਦਾ ਜਿਹੜਾ ਖਾਸਮ ਖਾਸ ਹੈ ਰਾਈਟ ਹੈਂਡ ਮੰਨਿਆ ਜਾਂਦਾ ਹੈ ਤੇ ਉਹਨੂੰ ਲਿਆ ਕੇ ਇੱਥੇ ਉਤਾਰਿਆ ਤਾਂ ਲੋਕਾਂ ਦੇ ਕੰਮਕਾਰ ਨੇ ਜਿਹੜੇ ਉਹ ਇਹ ਬਾਖੂ ਵੀ ਕਰਵਾ ਸਕਦਾ ਇੱਕ ਤਾਂ ਇਹ ਗੱਲ ਵੀ ਹੈਗੀ ਹੈ ਦੂਜੀ ਗੱਲ ਜਿਹੜੀ ਤੁਸੀਂ ਬੈਂਸ ਦੀ ਗੱਲ ਕੀਤੀ ਹੈ ਕਿ ਬੈਂਸ ਨੂੰ ਦਾਰਕਨਾਰ ਕਰਨ ਵਾਸਤੇ ਜਾਂ ਬੈਂਸ ਨੂੰ ਐਂਕਲੋ ਵੀ ਬੈਂਸ ਅੱਗੇ ਨਾ ਆਵੇ ਉਹਦੇ ਕਰਕੇ ਵੀ ਮਨਪ੍ਰੀਤ ਇਆਲੀ ਹੀ ਜਿਹੜਾ ਹੈਗਾ ਸਟਰੋਂਗ ਹੋ ਜੇ ਉਹ ਹੀ ਜਿਤਨੇ ਕੁਛ ਨਾ ਕੁਛ ਹਵਾ ਉਧਰੋਂ ਵੀ ਮੇਰੇ ਖਿਆਲ ਇਹ ਹੈ ਦਿੱਤੀ ਗਈ ਹੈ ਪਰ ਜੇਕਰ ਉਥੇ 19 ਕੀ ਕੈਪਟਨ ਸੰਦੀਪ ਸੰਧੂ ਦੇ ਨਾਲ ਹੋ ਜਾਂਦੀ ਹੈ ਤਾਂ ਉਥੇ ਬੇਜਤੀ ਵੀ ਕੈਪਟਨ ਬਰਿੰਦਰ ਸਿੰਘ ਦੀ ਹੋ ਜਾਂਦੀ ਦੇਖੋ ਕਿ ਗੱਲਾਂ ਦੇ ਵਿੱਚ ਇਹ ਵੀ ਨਹੀਂ ਕਿ ਸੁਰੇਸ਼ ਕੁਮਾਰ ਤੇ ਸੰਦੀਪ ਸੰਧੂ ਹੀ ਸਰਕਾਰ ਚ ਚਲਾਉਣ ਵਾਲੇ ਨੇ ਮੈਂ ਇੱਕ ਗੱਲ ਇਹ ਕਰਨੀ ਚਾਹੁੰਦਾ ਹੈ ਕੋਈ ਵੀ ਬੰਦਾ ਜੇ ਸਰਕਾਰ ਹੋਣ ਵੇਲੇ ਜੇ ਉਹਨੂੰ ਟਿਕਟ ਨਹੀਂ ਦਿੱਤੀ ਜਾਂਦੀ ਲੋਕਲ ਬੰਦੇ ਨੂੰ ਲੋਕਲ ਜਿਹੜਾ ਵਰਕਰ ਹੈਗਾ ਜਾਂ ਲੀਡਰ ਹੈਗਾ ਜਿਹੜਾ ਉਸ ਇਲਾਕੇ ਦਾ ਹਲਕੇ ਦਾ ਮੇਰੇ ਖਿਆਲ ਨਾਲ ਉਹ ਕੁਝ ਵੀ ਕਹਿ ਦਵੇ ਕਿੱਡੀ ਵੀ ਸੌਂਖ ਖਾ ਲਵੇ ਲੇਕਿਨ ਮਨੋਂ ਕਦੇ ਨਹੀਂ ਤੁਰਦਾ ਉਹ ਜੀ ਇਹ ਜਿਹੜੇ ਲੋਕਲ ਕੈਂਡੀਡੇਟ ਹੋ ਸਕਦਾ ਉੱਥੇ ਜਿਹੜੇ ਲੋਕਲ ਚਾਰ ਕੈਂਡੀਡੇਟ ਸੀਗੇ ਉਹਨਾਂ ਨੂੰ ਹਰ ਇੱਕ ਆਪਣੇ ਦਾਅਵੇਦਾਰੀ ਪੇਸ਼ ਕਰ ਰਿਆ ਸੀ ਹੋ ਸਕਦਾ ਉਹਨਾਂ ਦੀਆਂ ਜਿਹੜੀਆਂ ਸੀਗੀਆਂ اٹਕਲਾ ਉਹਨਾਂ ਨੂੰ ਹਟਾਉਣ ਦੇ ਲਈ ਕਿਉਂਕਿ ਜੇ ਕਿਸੇ ਇੱਕ ਨੂੰ ਟਿਕਟ ਦੇ ਦਿੱਤੀ ਜਾਂਦੀ ਸੀ ਤਾਂ ਦੂਸਰੇ ਬਾਗੀ ਉੱਠ ਸਕਦੇ ਸੀ ਹੋ ਸਕਦਾ ਇਹ ਵੀ ਇੱਕ ਕਾਰਨ ਹੋ ਸਕੇ ਇਹ ਹੋ ਸਕਦਾ ਇਹ ਹੈਗਾ ਕਾਰਨ ਹੈਗਾ ਦੂਜੇ ਵੀ ਸਾਰਿਆਂ ਨੂੰ ਚੁੱਪ ਕਰਾ ਦੋ ਬਾਗੀਆਂ ਦੇ ਵਿੱਚ ਬਾਗੀ ਬਹੁਤ ਉੱਠ ਰਹੇ ਨੇ ਲੇਕਿਨ ਉਹਦਾ ਇਹ ਵੀ ਹੈ ਨਾ ਕਿ ਚਾਰੋਂ ਦੇ ਚਾਰੋਂ ਜੇ ਮਨੋਂ ਨਾ ਤੁਰੇ ਹੂੰ ਕਾਂਗਰਸ ਨੂੰ ਬਹੁਤ ਵੱਡਾ ਲਾਸ ਦੇਖਣਾ ਪਏਗਾ ਫਿਰ ਉੱਥੇ ਹੂੰ ਉੱਥੇ ਫਿਰ ਬੈਂਸ ਜਾਂ ਯਾਲੀ ਦੇ ਵਿੱਚ ਨਟਕ ਕਰ ਰਹੇ ਜੀ ਕਿਤੇ ਕਿਉਂਕਿ ਪਿਛਲੀਆਂ ਦੋ ਜਿਹੜੀਆਂ ਚੋਣਾਂ ਹੋਈਆਂ ਨੇ ਉਹਦੇ ਵਿੱਚ ਕਾਂਗਰਸ ਨੂੰ ਹਾਰ ਦਾ ਹੀ ਸਾਹਮਣਾ ਕਰਨਾ ਪਿਆ ਜਿਹੜੀਆਂ 2017 ਵਿਧਾਨ ਸਭਾ ਚੋਣਾਂ ਹੋਈਆਂ ਸੀ ਉਹਦੇ ਵਿੱਚ ਹਰਿੰਦਰ ਸਿੰਘ ਫੂਲਕਾ ਜਿੱਤ ਗਿਆ ਸੀ ਉੱਥੋਂ ਤੇ ਹੁਣ ਦੁਬਾਰਾ ਜਿਹੜੀਆਂ ਹੋਈਆਂ ਸੀ ਇਹ ਚੋਣਾਂ ਮੈਂਬਰ ਆਫ ਪਾਰਲੀਮੈਂਟ ਦੀਆਂ ਉਹਦੇ ਵਿੱਚ ਸਿਮਰਜੀਤ ਸਿੰਘ ਬੈਂਸ ਨੂੰ ਉੱਥੋਂ ਜ਼ਿਆਦਾ ਬੂਟਾ ਪਈਆਂ ਸੀ ਉੱਥੇ ਕਿਤੇ ਨਾ ਕਿਤੇ ਕਾਂਗਰਸ ਦੀ ਸਥਿਤੀ ਡਾਮਾਡੂਲ ਹੈ ਉੱਥੇ ਹੋ ਸਕਦੀ ਹੈ ਦੇਖੋ ਇਹ ਗੱਲ ਮੰਨਣ ਜੋਗਾ ਕਿ ਜਦੋਂ ਮੈਨੂੰ ਮੈਂ ਕੋਈ ਕੈਂਡੀਡੇਟ ਬਣਨ ਦਾ ਚੁੱਕ ਹੈਗਾ ਜਦੋਂ ਮੈਨੂੰ ਸਰਕਾਰ ਹੁੰਦੇ ਹੋਏ ਮੈਨੂੰ ਟਿਕਟ ਨਹੀਂ ਦਿੱਤੀ ਜਾ ਰਹੀ ਜਾਂ ਮੈਨੂੰ ਉਸਮ ਮਿਲੀ ਜਿਹੜੀ ਸੇਵਾ ਕੀਤੀ ਹੈ ਜਾਂ ਉਹਦਾ ਮੈਨੂੰ ਮੁਨਾਫਾ ਨਹੀਂ ਲਿਆ ਜਾਣ ਦਿੱਤਾ ਜਾ ਰਿਹਾ ਤਾਂ ਨੇਚਰਲ ਹੈ ਕਿ ਮੇਰੇ ਮਨ ਦੇ ਵਿੱਚ ਭਾਵਨਾ ਤਾਂ ਆਏਗੀ ਨਾ ਕਿ ਅੱਜ ਜੇ ਕੋਈ ਬਾਹਰਲਾ ਕੈਂਡੀਡੇਟ ਆ ਕੇ ਇੱਥੇ ਜੰਮ ਗਿਆ ਤਾਂ ਮੈਂ ਸਾਰੀ ਉਮਰ ਹੀ ਨਹੀਂ ਇੱਥੇ ਬੈਠ ਸਕਦਾ ਇਹ ਗੱਲ ਜਾਣਦੀ ਹੈ ਤਾਂ ਇਹ ਗੱਲ ਹੈ ਕਿ 50% ਦੇ ਕਰੀਬ ਜਿਹੜਾ ਹੈਗਾ ਮਨੂ ਉਹੋ ਕੈਂਡੀਡੇਟ ਤੇ ਕਹਿ ਲੋ ਜਾਂ ਜਿਹੜੇ ਲੀਡਰ ਉੱਥੋਂ ਦੇ ਲੋਕਲ ਦੇ ਨੇ ਜਾਂ ਜਿਹੜੇ ਵਰਕਰ ਨੇ ਉਹ ਤੁਰਨਾ ਬੰਦ ਕਰ ਦਿੰਦੇ ਨੇ 50% ਹਾਂ ਕੋਈ ਬਹੁਤ ਵੱਡਾ ਲਾਲਚ ਆ ਜੇ ਕੈਪਟਨ ਮਰਿੰਦਰ ਜਿਹੜਾ ਹੈਗਾ ਬਹੁਤ ਵੱਡਾ ਕੋਈ ਲਾਲਚ ਦੇਣ ਉੱਥੇ ਉਹਨਾਂ ਲੀਡਰਾਂ ਨੂੰ ਹੋ ਸਕਦਾ ਉਹ ਨਾਲ ਤੁਰ ਪੈਣ ਲੇਕਿਨ ਮਨੋਂ ਮੇਰੇ ਖਿਆਲੋਂ ਨਹੀਂ ਤੁਰਨਗੇ ਤਾਂ ਇਹਦਾ ਲਾਸ ਜਿਹੜਾ ਹੈਗਾ ਸ਼ਾਇਦ ਕਿਤੇ ਨਾ ਕਿਤੇ ਦੇਖਣ ਨੂੰ ਜ਼ਰੂਰ ਮਿਲੇਗਾ ਤੇ ਹੁਣ ਗੱਲ ਕਰ ਲੈਨੇ ਆ ਇੱਕ ਆਈਐਸ ਸੀਗੇ ਆਪਣੇ ਬਲਵਿੰਦਰ ਸਿੰਘ ਢਾਲੀਵਾਰ ਸਾਹਿਬ ਉਹਨਾਂ ਨੇ ਵੀ ਐਮਐਲਏ ਇਲੈਕਸ਼ਨ ਲੜਨ ਦੇ ਪਿੱਛੇ ਛੱਡ ਦਿੱਤੀ ਹੈ ਆਪਣੀ ਆਈਐਸ ਦੀ ਕੁਰਸੀ ਉਹੀ ਗੱਲ ਆ ਗਈ ਨਾ ਦੇਖੋ ਹੁਣ ਇੱਕ ਲੋਕਲ ਵਰਕਰ ਲਗਾਤਾਰ ਕੰਮ ਕਰ ਰਿਹਾ ਉਹਨੂੰ ਟਿਕਟ ਨਹੀਂ ਦੇ ਰਹੀ ਇੱਕ ਸਿਆਸਤ ਦੇ ਵਿੱਚ ਆਉਣ ਦਾ ਕਿੱਡਾ ਵੱਡਾ ਜਸਕਾ ਹੈ ਕਹਿ ਲਓ ਵੀ ਕਿੱਡਾ ਵੱਡਾ ਉਹ ਅੰਦਰ ਮਨ ਚ ਭਾਵਨਾ ਹੁੰਦੀ ਹੈ ਬੰਦੇ ਦੇ ਲਾਲਚ ਹੁੰਦਾ ਕਿ ਮੈਂ ਵੀ ਸਿਆਸਤ ਸਿਆਸਤ ਖੇਡਾਂ ਜਾਂ ਮੈਂ ਸਿਆਸੀ ਬੰਦਾ ਬਣਾ ਪਾਵਰ ਹੱਥ ਚ ਲਵਾਂ ਤਾਂ ਉਹ ਇੱਕ ਆਈਐਸ ਦਾ ਅਹੁਦਾ ਤਿਆਗ ਕੇ ਰਿਜ਼ਾਈਨ ਕਰਕੇ ਉਹ ਆ ਕੇ ਚੋਣਾ ਦੇ ਸੀ ਵੀ ਕਰਨੀ ਹੈ ਦਾਇਰਸ ਤੇ ਉਹਦੇ ਤੇ ਵੀ ਸੇਵਾ ਹੋ ਸਕਦੀ ਸੀ ਮੋਹੀ ਗੱਲ ਕਰਦੇ ਜੇ ਸੇਵਾ ਭਾਵਨਾ ਵਾਲੀ ਗੱਲ ਕਰਦੇ ਦੇਖੋ ਭਗਤਪੂਰਨ ਸਿੰਘ ਦੀ ਮਿਸਾਲ ਹੈ ਜੀ ਸੇਵਾ ਦਾ ਅਸਲ ਚ ਉਹ ਹੈ ਨਾ ਲੋਕਾਂ ਦੀ ਸੇਵਾ ਕਰਨੀ ਤੁਸੀਂ ਵਕੀਲ ਦੇ ਪੇਸ਼ੇ ਤੋਂ ਤਾਂ ਵਕੀਲ ਬਣ ਕੇ ਲੋਕਾਂ ਦੀ ਸੇਵਾ ਕੀਤੀ ਜਾ ਸਕਦੀ ਹੈ ਜੀ ਤੁਸੀਂ ਪੁਲਿਸ ਆਫਸਰੋਂ ਤਾਂ ਪੁਲਿਸ ਆਫਸਰ ਦੇ ਅਹੁਦੇ ਤੇ ਰਹਿ ਕੇ ਲੋਕਾਂ ਦੀ ਸੇਵਾ ਕੀਤੀ ਜਾ ਸਕਦੀ ਜੀ ਤੁਸੀਂ ਧਾਰਮਿਕ ਬੰਦੇ ਹੋ ਗੁਰਦੁਆਰੇ ਮੰਦਰ ਜੇ ਜਾ ਕੇ ਜਾਂ ਕਿਤੇ ਮਸਜਿਦ ਚ ਜਾ ਕੇ ਆਪਣਾ ਧਾਰਮਿਕ ਪੂਜਾ ਭਾਵਨਾ ਜੋ ਵੀ ਪਾਠ ਪੂਜਾ ਕਰਦੇ ਹੋ ਉੱਥੇ ਬੈਠ ਕੇ ਵੀ ਕਿਤੇ ਤੁਸੀਂ ਸਮਾਜ ਸੇਵਕੋਂ ਤਾਂ ਲੋਕਾਂ ਦੀ ਸਮਾਜ ਵਿੱਚ ਰਹਿ ਕੇ ਹੀ ਸੇਵਾ ਕਰ ਸਕਦੇ ਹੋ ਜ਼ਰੂਰੀ ਨਹੀਂ ਕਿ ਪੋਲੀਟਿਸ਼ੀਨ ਬਣਨਾ ਹੈ ਪੋਲੀਟਿਸ਼ੀਨ ਬਣਨਾ ਹੈ ਤਾਂ ਠੀਕ ਹੈ ਲੋਕਤੰਤਰ ਹੈ ਸਭ ਨੂੰ ਹੱਕ ਹੈ ਚੋਣ ਲੜਨ ਦਾ ਸਭ ਨੂੰ ਹੱਕ ਹੈ ਆਪਣੀ ਕਿਸਮਤ ਜਮਾਉਣ ਦਾ ਸਭ ਨੂੰ ਹੱਕ ਹੈ ਕਿ ਸੱਤਾ ਵਿੱਚ ਆ ਕੇ ਕੁਝ ਸਵਾਰਿਆ ਜਾਵੇ ਤਾਂ ਬਿਲਕੁਲ ਠੀਕ ਹੈ ਸਾਫ਼ ਸੁਥਰੇ ਐਕਸ਼ਨ ਨਾਲ ਆਓ ਨਾ ਕਿ ਅਸੀਂ ਹਾਂ ਇਸ ਲਾਲਚ ਕਰਕੇ ਆਏ ਹਾਂ ਅਸੀਂ ਇਸ ਮਕਸਦ ਨਾਲ ਆਏ ਹਾਂ ਸਾਡਾ ਨਿੱਜੀ ਮਕਸਦ ਵੀ ਹੈਗਾ ਜੀ ਸਾਡੇ ਨਿੱਜੀ ਮੁਫਾਦ ਵੀ ਹੈਗੇ ਨੇ ਸੱਤਾ ਦੇ ਵਿੱਚ ਕਾਬਜ ਹੋਣਾ ਸਾਡੇ ਮਨ ਦੇ ਵਿੱਚ ਇਹ ਵੀ ਭਾਵਨਾ ਹੈ ਸੀ ਇਸ ਕੁਰਸੀ ਤੇ ਬੈਠ ਕੇ ਪੋਲੀਟੀਸ਼ੀਅਨ ਬਣ ਕੇ ਲੋਕਾਂ ਦੀ ਸੇਵਾ ਕਰੀਏ ਇੱਥੇ ਵੱਡੀ ਗੱਲ ਇਹ ਹੈ ਕਿ ਪਿਛਲੇ ਕਈ ਦਿਨਾਂ ਤੋਂ ਸੱਤਾ ਚੋਂ ਗਾਇਬ ਦਿਖ ਰਹੀ ਨਵਜੋਤ ਸਿੰਘ ਸਿੱਧੂ ਜਿਮਨੀ ਚੋਣਾ ਦੇ ਵਿੱਚ ਤੁਹਾਨੂੰ ਲੱਗਦਾ ਕਿ ਕਾਂਗਰਸ ਪਾਰਟੀ ਦੇ ਲਈ ਪ੍ਰਚਾਰ ਕਰਨਗੇ ਦੇਖੋ ਜਿੱਦਾਂ ਦਾ ਉਹਦੇ ਨਾਲ ਵਿਚਾਰੇ ਨਾਲ ਕਹਿ ਸਕਦੇ ਵਿਚਾਰੇ ਕਹਿ ਸਕਦੇ ਜਿੱਦਾਂ ਉਹਦੇ ਨਾਲ ਹੋਈਏ ਜੀ ਜਿੱਦਾਂ ਦੀ ਉਹਦੇ ਨਾਲ ਕੈਪਟਨ ਵੱਲੋਂ ਕੀਤੀ ਗਈ ਆ ਜਾਂ ਕੈਪਟਨ ਸਰਕਾਰ ਜਿੱਦਾਂ ਦੇ ਉਹਦੇ ਉਹਦੇ ਐਮਐਲਏ ਉਹਨੂੰ ਨਾਲ ਲਾ ਲੈਂਦੇ ਨੇ ਕਦੇ ਉਹਦੇ ਵਿਰੁੱਧ ਹੋ ਜਾਂਦੇ ਨੇ ਜੀ ਜਾਂ ਜਿੱਦਾਂ ਉਹਨੇ ਮਹਿਸੂਸ ਕੀਤਾ ਹੈ ਕੋਠੀ ਤੱਕ ਛੱਡੀ ਹੈ ਕੈਬਨਟ ਰੈਂਕ ਛੱਡਿਆ ਜੀ ਤੇ ਉਹ ਮੇਰੇ ਖਿਆਲ ਨਾਲ ਤਾਂ ਕੈਪਟਨ ਦੇ ਕਹੇ ਤੋਂ ਤਾਂ ਬਿਲਕੁਲ ਮੇਰੇ ਖਿਆਲ ਪੰਜਾਬ ਦੀਆਂ ਇਹਨਾਂ ਜਿਵਨੀ ਚੋਣਾਂ ਦੇ ਵਿੱਚ ਪ੍ਰਚਾਰ ਕਰਨ ਲਈ ਨਹੀਂ ਉਤਰਣਗੇ ਜੀ ਹਾਂ ਜੇ ਕੋਈ ਉੱਪਰੋਂ ਹਾਈ ਕਮਾਂਡ ਤੋਂ ਕੋਈ ਆਰਡਰ ਆ ਜਾਂਦਾ ਤਾਂ ਉਹ ਉਸ ਨੂੰ ਸ਼ਾਇਦ ਮੰਨਣ ਦੇ پابੰਦ ਵੀ ਹੋਣਗੇ ਕਿਉਂਕਿ ਬਾਰ-ਬਾਰ ਇਹ ਕਹਿੰਦੇ ਵੀ ਦੇਖਿਆ ਨੇ ਸਟੇਜਾਂ ਦੇ ਉੱਤੇ ਵੀ ਆਮ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਹਾਈ ਕਮਾਂਡ ਵੱਲੋਂ ਮੇਰਾ ਕੈਪਟਨ ਤਾਂ ਰਾਹੁਲ ਹੈ ਤਾਂ ਰਾਹੁਲ ਦੀ ਜੋ ਕਮਾਂਡ ਹੋਏਗੀ ਸ਼ਾਇਦ ਉਹਦੇ ਅਕੋਰਡਿੰਗ ਕਿਸ ਤਰ੍ਹਾਂ ਰੁਖ اختیار ਕਰਦੇ ਨੇ ਸ਼ਾਇਦ ਆ ਵੀ ਸਕਦੇ ਨੇ ਲੇਕਿਨ ਕੈਪਟਨ ਅਮਰਿੰਦਰ ਸਿੰਘ ਦੇ ਕਹੇ ਤੋਂ ਜਾਂ ਇਹਨਾਂ ਦੇ ਕਿਸੇ ਐਮਐਲਏ ਦਾ ਐਮਪੀ ਦੇ ਕਹੇ ਤੋਂ ਜਾਂ ਕਿਸੇ ਐਮਐਲਏ ਦੇ ਪੱਖ ਵਿੱਚ ਸ਼ਾਇਦ ਉਹ ਉਮਦਾਨ ਚ ਨਿਤਰਨ ਪ੍ਰਚਾਰ ਦੇ ਲਈ ਜੀ ਲਾਸਟ ਸਵਾਲ ਮੇਰਾ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਕੈਪਟਨ ਦਾ ਬਾਦਲਾਂ ਦੇ ਹੱਕ ਚ ਬਿਆਨ ਆਇਆ ਤੇ ਜਿਸ ਤਰੀਕੇ ਦੇ ਨਾਲ ਕਾਂਗਰਸ ਦੇ ਵਿੱਚ ਧੜੇਬਾਜੀ ਹੈ ਤੇ ਇਹ ਚਾਰ ਜਿਮਨੀ ਚੋਣਾਂ ਦੇ ਵਿੱਚ ਕਿੱਥੇ ਕਿੱਥੇ ਸਟੈਂਡ ਕਰ ਸਕਦੀ ਹੈ ਕਾਂਗਰਸ ਦੇਖੋ ਕਾਂਗਰਸ ਲੋਕਾਂ ਦੇ ਉੱਤੇ ਸ਼ਖਵਿੰਦਰ ਬਹੁਤ ਕੁਝ ਲੋਕਾਂ ਦੇ ਡਿਪੈਂਡ ਕਰਦਾ ਲੋਕਤੰਤਰ ਹੈ ਲੋਕਾਂ ਦਾ ਰਾਜ ਹੈ ਜੀ ਲੋਕ ਹੀ ਚਾਉਣਗੇ ਕਿ ਇਸ ਬਿਆਨ ਨੂੰ ਉਹ ਕਿਸ ਤਰੀਕੇ ਨਾਲ ਲੈਂਦੇ ਨੇ ਲੋਕ ਹੀ ਦੱਸਣਗੇ ਔਰ ਲੋਕ ਬੋਲ ਕੇ ਨਹੀਂ ਦੱਸਣਗੇ ਜਿਵੇਂ ਪਿੱਛੇ ਬਰਗਾੜੀ ਕਾਂਡ ਵਾਪਰਿਆ ਸੀਗਾ ਬਰਗਾੜੀ ਕਾਂਡ ਵਾਪਰਨ ਤੋਂ ਬਾਅਦ ਲੋਕਾਂ ਨੇ ਆਪਣੀ ਆਵਾਜ਼ ਵੋਟਾਂ ਦੇ ਥਰੂ ਜੀ بلند ਕੀਤੀ ਤੋਂ ਇਹਨਾਂ ਜਿਮਨੀ ਚੋਣਾਂ ਦੇ ਵਿੱਚ ਵੀ ਲੋਕ ਆਪਣੀ ਆਵਾਜ਼ ਹੈ ਜਿਹੜੀ ਉਹਨਾਂ ਦੇ ਦਿਲ ਦੀ ਆਵਾਜ਼ ਹੈ ਜਿਹੜੀ ਉਹ ਵੋਟਾਂ ਦੇ ਵਿੱਚੋਂ ਹੀ ਨਿਕਲੇਗੀ ਵੋਟਾਂ ਹੀ ਦੱਸਣਗੀਆਂ ਕਿ ਕਿੱਧਰਲੇ ਪਾਸੇ ਨੂੰ ਇਸ ਬਿਆਨ ਨੂੰ ਮੋੜਾ ਦਿੰਦੇ ਨੇ ਜਾਂ ਕੀ ਸੋਚ ਕੇ ਉਹ ਵੋਟਾਂ ਪਾ ਰਹੇ ਨੇ ਕੀ ਉਹਨਾਂ ਦੀ ਸੋਚ ਹੈ ਕੌਣ ਗਲਤ ਹੈ ਤੇ ਕੌਣ ਸਹੀ ਹੈ ਇਹਦਾ ਨਿਤਾਰਾ ਜਿਹੜਾ ਹੈਗਾ ਉਹ ਮਸ਼ੀਨਾ ਈਬੀਐਮ ਜਾਂ ਉਹ ਜਿਹੜੇ ਬਕਸੇ ਨੇ ਉਹੀ ਕਰਨਗੇ ਇਹਨਾਂ ਪੂਰੇ ਮੁੱਦਿਆਂ ਤੇ ਸਾਡੇ ਨਾਲ ਵਿਚਾਰ ਕਰਨ ਲਈ ਪ੍ਰਮੇਂਦਰ ਜੀ ਬਹੁਤ ਧੰਨਵਾਦ ਤੁਹਾਡਾ ਤਾਂ ਹੀ ਸੰ ਸਾਡੇ ਨਾਲ ਸੀਨੀਅਰ ਪੱਤਰਕਾਰ ਪ੍ਰਮੇਂਦਰ ਸਿੰਘ ਰਾਏਪੁਰ ਸਾਹਿਬ ਜਿਨ੍ਹਾਂ ਨੇ ਇਹਨਾਂ ਦੇ ਪੂਰੇ ਮੁੱਦੇ ਦੇ ਉੱਪਰ ਸਾਨੂੰ ਪੂਰੇ ਮੁੱਦਿਆਂ ਦੀ ਜਾਣਕਾਰੀ ਬਾਰੇ ਜਾਣੂ ਕਰਵਾਇਆ ਤੇ ਆਰ ਪਾਰ ਦੀ ਸੱਚਾਈ ਬਾਰੇ ਵੀ ਜਾਣੂ ਕਰਵਾਇਆ ਮਿਲਾਂਗੇ ਕਿਸੇ ਨਵੇਂ ਮੁੱਦਿਆਂ ਦੇ ਨਾਲ ਫਿਲਹਾਲ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ ਸਾਡੇ ਇਸ ਪ੍ਰੋਗਰਾਮ ਦੇ 2 ਘੰਟੇ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੱਕ ਪ੍ਰੈਸ ਨੋਟ ਜਾਰੀ ਕਰਦੇ ਨੇ ਅਤੇ ਅਖਬਾਰਾਂ 'ਚ ਛਪੇ ਬਾਦਲਾਂ ਸੰਬੰਧੀ ਆਪਣੇ ਬਿਆਨ ਨੂੰ ਗਲਤ ਦੱਸਦੇ ਨੇ ਕੈਪਟਨ ਦਾ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੇਰੇ ਵੱਲੋਂ ਬਾਦਲਾਂ ਨੂੰ ਬੇਅਦਬੀ ਮਾਮਲੇਆ ਸੰਬੰਧੀ ਕਲੀਨ ਚੈਟ ਦਿੱਤੀ ਗਈ ਹੈ ਇਹ ਬਿਲਕੁਲ ਝੂਠ ਹੈ ਦੱਸ ਦਈਏ ਕਿ ਇੱਕ ਨਿੱਜੀ ਅਖਬਾਰ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਹਵਾਲੇ ਤੋਂ ਬਿਆਨ ਛਾਪਿਆ ਗਿਆ ਸੀ ਜਿਸ ਵਿੱਚ ਇਹ ਲਿਖਿਆ ਗਿਆ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਾਦਲਾਂ ਦੀ ਬੇਅਦਬੀ ਮਾਮਲੇਆ 'ਚ ਸ਼ਮੂਲੀਅਤ ਨਹੀਂ ਹੈ ਜਿਸ ਤੋਂ ਬਾਅਦ ਇਸ ਤੇ ਕਈ ਤਰ੍ਹਾਂ ਦੇ ਸਿਆਸੀ ਪ੍ਰਤੀਕਰਮ ਆਉਣ ਲੱਗੇ ਸੀ ਤੇ ਕੈਪਟਨ ਦੇ ਇਸ ਬਿਆਨ ਨੂੰ ਕਈ ਪੱਖਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਸੀ ਜਿਵੇਂ ਹੀ ਇਸ ਖਬਰ ਨੇ ਪੰਜਾਬ ਦੀ ਸਿਆਸਤ ਪਖਾਈ ਤਾਂ ਤੁਰੰਤ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈਸ ਰੂਮ ਜਾਰੀ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਕਿ ਉਹਨਾਂ ਵੱਲੋਂ ਬਿਲਕੁਲ ਵੀ ਅਜਿਹਾ ਬਿਆਨ ਨਹੀਂ ਦਿੱਤਾ ਗਿਆ ਸਗੋਂ ਉਹਨਾਂ ਇਹ ਕਿਹਾ ਕਿ ਬਾਦਲ ਖੁਦ ਬੇਅਦਵੀ ਨਹੀਂ ਕਰ ਸਕਦਾ ਪਰ ਜਿਸ ਤਰ੍ਹਾਂ ਸਿਰਸਾ ਡੇਰਾ ਮੁਖੀ ਰਾਮ ਰਹੀਮ ਨਾਲ ਬਾਦਲਾਂ ਦੀਆਂ ਮੁਲਾਕਾਤਾਂ ਦੀਆਂ ਗੱਲਾਂ ਸਾਹਮਣੇ ਆਈਆਂ ਨੇ ਤਾਂ ਹੋ ਸਕਦਾ ਹੈ ਕਿ ਕਿਤੇ ਨਾ ਕਿਤੇ ਇਸ ਪਿੱਛੇ ਬਾਦਲਾਂ ਦਾ ਹੱਥ ਹੋਵੇ ਪਰ ਸਵੇਰੇ ਕੈਪਟਨ ਦਾ ਬਾਦਲਾਂ ਦੇ ਹੱਕ 'ਚ ਬਿਆਨ ਆਉਣਾ ਤੇ ਸਿਆਸੀ ਤੇ ਜਨਤਕ ਵਿਰੋਧ ਤੋਂ ਬਾਅਦ ਕੈਪਟਨ ਦਾ ਯੂ ਟਰਨ ਮਾਰਨਾ ਕਈ ਤਰ੍ਹਾਂ ਦੇ ਸਵਾਲ ਖੜੀ ਕਰ ਗਏ ਖਬਰਾਂ ਦੇ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਚੈਨਲ D5 ਪੰਜਾਬੀ ਦੇ ਨਾਲ